ਇਹ ਮੇਲੇ ਦੀ ਇੰਨੀ ਧੁੰਮ ਹੈ ਔਰ ਇੰਨਾ ਅੱਛਾ ਹੈ ਕਿ ਅਸੀਂ ਇੱਕ ਡੈਲੀਗੇਸ਼ਨ ਅਸੀਂ ਤਿੰਨ ਬੰਦੇ ਮਿਲ ਕੇ ਆਏ ਹਾਂ ਸਾਡੀ ਕਿਆਦਤ ਕਰ ਰਹੇ ਨੇ ਪ੍ਰੋਫੈਸਰ ਜ਼ਫਰ ਅਲੀ ਖਾਨ ਇਹ ਬੜੇ ਦੇਰ ਤੋਂ ਬੜੇ ਮਸ਼ਹੂਰ ਤਰੱਕੀ ਪਸੰਦ ਸੋਚ ਦੇ ਅਲਮਬਰਦਾਰ ਨੇ ਸਾਡੇ ਨਾਲ ਪ੍ਰੋਫੈਸਰ ਸਾਜਦਾ ਵੰਦਲ ਵੀ ਨੇ ਜਿਹੜੇ ਵਾਈਸ ਚਾਂਸਲਰ ਸਨ ਇੰਸਟੀਟਿਊਟ ਆਫ ਆਰਟ ਐਂਡ ਕਲਚਰ ਦੇ ਔਰ ਮੈਂ ਵੀ ਇਹਦੇ ਵਿੱਚ ਹੀ ਪੜ੍ਹਾਉਣ ਵਿੱਚ ਸ਼ਾਮਿਲ ਹਾਂ ਸਾਡੀ ਸਭ ਤੋਂ ਵੱਡੀ ਮੰਗ ਇਹ ਹੈ ਕਿ ਇੱਥੇ ਪੰਜਾਬੀ ਜ਼ੁਬਾਨ ਸਾਡੇ ਤਾਲੀਮੀ ਨਿਜ਼ਾਮ ਵਿੱਚ ਆਵੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਅਤੇ ਤੋੜ ਤੱਕ ਅਸੀਂ ਸਮਝਦੇ ਹਾਂ ਔਰ ਬਿਲਕੁਲ ਇਹਦੇ 'ਤੇ ਅਸੀਂ ਸਾਡੇ ਯਕੀਨ ਹੈ ਕਿ ਪੰਜਾਬੀ ਜ਼ੁਬਾਨ ਵਿੱਚ ਅਸੀਂ ਹਰ ਚੀਜ਼ ਪੜ੍ਹਾ ਸਕਦੇ ਹਾਂ ਹਰ ਚੀਜ਼ ਸਮਝ ਸਕਦੇ ਹਾਂ ਔਰ ਬਿਹਤਰ ਤੌਰ 'ਤੇ ਅਸੀਂ ਕਰ ਸਕਦੇ ਹਾਂ ਇਸ ਲਈ ਐਸਾ ਕੋਈ ਕੌਨਸੈਪਟ ਨਹੀਂ ਹੈ ਜਿਹਦੇ ਵਾਸਤੇ ਸਾਨੂੰ ਅੰਗਰੇਜ਼ੀ ਦੀ ਬਹੁਤ ਲੋੜ ਹੈ ਜ਼ਾਹਿਰ ਹੈ ਸਾਨੂੰ ਅੰਗਰੇਜ਼ੀ ਜਾਂ ਦੂਜੀਆਂ ਜ਼ੁਬਾਨਾਂ ਨਾਲ ਪੜ੍ਹਨਾ ਮਨਾ ਨਹੀਂ ਬਿਲਕੁਲ ਕਰਾਂਗੇ ਲੇਕਿਨ ਜਿਹੜੀ ਬੁਨਿਆਦੀ ਪੰਜਾਬੀ ਦੇ ਬੁਨਿਆਦ ਹੈ ਉਹਨੂੰ ਅਸੀਂ ਕਾਇਮ ਕਰਨਾ ਚਾਹੁੰਦੇ ਹਾਂ ਇਹ ਪੰਜਾਬੀ ਫੈਸਟੀਵਲ ਸਾਡੇ ਵਾਸਤੇ ਇਸੇ ਵਾਸਤੇ ਬਹੁਤ ਬਹੁਤ ਇੰਪੋਰਟੈਂਟ ਹੈ ਬਹੁਤ ਜ਼ਰੂਰੀ ਹੈ ਔਰ ਅਸੀਂ ਇਸੇ ਗੱਲੋਂ ਲਾਹੌਰੋਂ ਆਏ ਹਾਂ ਤਾਂ ਕਿ ਇਸ ਪੰਜਾਬ ਲਿਟਰੇਰੀ ਫੈਸਟੀਵਲ ਸੁਲੇਖ ਮੇਲੇ ਦੇ ਵਿੱਚ ਥੋੜ੍ਹਾ ਜਿਹਾ ਆਪਣਾ ਹਿੱਸਾ ਵੀ ਪਾ ਸਕੀਏ ਜੋ ਸਾਡੇ ਕੋਲ ਹੋ ਸਕੇਗਾ ਅਸੀਂ ਮੇਲੇ ਵਿੱਚ ਕਰਦੇ ਹਾਂ ਅਸੀਂ ਤਿਆਰ ਹਾਂ ਅਸੀਂ ਹਾਜ਼ਰ ਹਾਂ ਅੱਲਾਹ ਇਸ ਮੇਲੇ ਨੂੰ ਕਾਮਯਾਬ ਕਰੇ ਔਰ ਹੋਰ ਕਾਮਯਾਬੀ ਦੇ ਦਿਨ ਵੱਧ ਤੋਂ ਵੱਧ ਸਾਡਾ ਸਲਾਮ ਹੈ ਮੇਲੇ ਜਿਹੜੇ ਔਰਗਨਾਈਜ਼ ਕਰਨ ਵਾਲੇ ਨੇ ਤੌਹੀਦ ਚੱਠਾ ਅਤੇ ਖੌਲਾ ਚੀਵਾ ਨੂੰ ਔਰ ਬਾਕੀ ਦੋਸਤਾਂ ਨੂੰ ਸਭ ਨੂੰ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦਾ ਇਹ ਪੂਰੀ ਟੀਮ ਦਾ ਕੰਮ ਹੁੰਦਾ ਸਾਡੀ ਸਾਰੀ ਟੀਮ ਨੂੰ ਸਲਾਮ ਹੈ ਅਕੀਦਤ ਹੈ ਇਹਨਾਂ ਨੂੰ ਹੋਰ ਤਰੱਕੀਆਂ ਮਿਲਣ ਯਾਦ ਰੱਖ